ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਲਵਿੰਦਰ ਸਿੰਘ ਭੁੰਦੜ ਨੂੰ ਮੁੜ ਤੋਂ ਰਾਜ ਸਭਾ ਭੇਜਣ ਦੀ ਤਿਆਰੀ ਹੈ। ਬਲਵਿੰਦਰ ਸਿੰਘ ਭੁੰਦੜ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਅੱਜ ਆਪਣੇ ਨਾਮਜ਼ਦਗੀ ਦੇ ਪੱਤਰ ਭਰੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਮੌਜੂਦ ਰਹੀ। ਬਲਵਿੰਦਰ ਸਿੰਘ ਭੁੰਦੜ ਪਹਿਲੀ ਵਾਰ 2010 ਵਿੱਚ ਰਾਜ ਸਭਾ ਮੈਂਬਰ ਬਣੇ। ਉਹ ਪੰਜਾਬ ਦੇ ਖੇਤੀਬਾੜੀ ਮੰਤਰੀ ਵੀ ਰਹਿ ਚੁੱਕੇ ਨੇ। ਜੋ ਸਾਡੇ ਸਰਪ੍ਰਸਤ ਹੈ ਮੁੱਖ ਮੰਤਰੀ ਪੰਜਾਬ ਸਾਹਿਬ ਪ੍ਰਕਾਸ਼ ਸਿੰਘ ਬਾਦਲ ਜੀ ਦਾ, ਸਾਡੇ ਪ੍ਰਧਾਨ ਅਕਾਲੀ ਦਲ ਸਾਹਿਬ ਸੁਖਬੀਰ ਸਿੰਘ ਬਾਦਲ ਜੀ ਦਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਮੈਂ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇਹ ਏਡੀ ਵੱਡੀ ਸੇਵਾ ਦਾ ਪਾਰਟੀ ਵੱਲੋਂ ਮੌਕਾ ਦਿੱਤਾ ਹੈ। ਸਾਡਾ ਹਮੇਸ਼ਾ ਯਤਨ ਇਹ ਹੁੰਦਾ ਹੈ ਕਿ ਜੋ ਸੂਬੇ ਦੇ ਮਸਲੇ ਨੇ, ਜਿਹੜੇ ਸਭ ਤੋਂ ਵੱਧ ਕਿਸਾਨੀ ਇਸ ਸੂਬੇ ਦੀ ਰੀੜ੍ਹ ਦੀ ਹੱਡੀ ਹੈ, ਉਹ ਮਸਲੇ, ਫਿਰ ਵਪਾਰ ਹੈ, ਇੰਡਸਟਰੀ ਹੈ, ਅਨਪਲਾਇਮੈਂਟ ਹੈ, ਇਹਨਾਂ ਮਸਲਿਆਂ 'ਤੇ ਜ਼ੋਰ ਦੇਣਾ ਕਿ ਇਹਨਾਂ ਨੂੰ ਦਿੱਲੀ ਦੇ ਵਿੱਚ ਜੋ ਦਿੱਲੀ ਦੇ ਪਾਸ ਸਾਡਾ ਜੋ ਸੰਵਿਧਾਨ ਹੈ ਉਹਦੇ ਮੁਤਾਬਕ ਪਾਵਰਾਂ ਫੰਡ ਵੱਧ ਹੈ, ਉੱਥੇ ਮਿਹਨਤ ਕਰਕੇ ਯੂਨਾਈਟਡਲੀ ਸਾਰੇ ਜੋ ਅਸੀਂ ਜਾਂਦੇ ਹਾਂ ਪਾਰਟੀ ਵੱਲੋਂ, ਕਿਸ ਤਰ੍ਹਾਂ ਸੂਬੇ ਦੇ ਹੱਕ, ਸੂਬੇ ਦੇ ਲੋਕਾਂ ਦੀ ਭਲਾਈ ਵਾਸਤੇ ਅਸੀਂ ਵੱਧ ਤੋਂ ਵੱਧ ਪ੍ਰਾਪਤੀਆਂ ਕਰ ਸਕਦੇ ਹਾਂ, ਇਹ ਸਾਡਾ ਮੁੱਖ ਫੋਕਸ ਹੁੰਦਾ ਹੈ।